ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਅਤੇ ਆਦਾਬਰਸ ਦੋਸਤੋ। ਅੱਜ ਮੈਂ ਪ੍ਰੋਗਰਾਮ ਲੈ ਕੇ ਆਇਆ ਸੱਚ ਬੂਟੀ। ਬੂਟੀਆਂ ਤੁਸੀਂ ਬੜੀਆਂ ਵੇਖੀਆਂ ਹੋਣੀਆਂ ਨੇ, ਪਰ ਇਹ ਬੂਟੀ ਵੱਖਰੀ ਕਿਸਮ ਦੀ ਹੈ, ਯਾਨੀ ਕਿ ਤੁਹਾਡੇ ਕੋਲੋਂ ਸੱਚ ਗਲਵਾਏਗੀ। ਅਤੇ ਇਹ ਬਹੁਤ ਵੱਡਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਨੇ, ਅਤੇ ਮੈਂ ਤੁਹਾਡੀ ਮੁਲਾਕਾਤ ਉਸ ਫਨਕਾਰ ਨਾਲ ਕਰਵਾਉਣ ਵਾਲਾ ਜਿਹੜਾ ਕਿ ਇਹ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਨੇ। ਜੀ ਹਾਂ, ਪ੍ਰੋਫੈਸ਼ਨ ਦੇ ਹਿਸਾਬ ਨਾਲ ਤਾਂ ਉਹ ਡਾਕਟਰ ਨੇ, ਪਰ ਐਕਟਿੰਗ ਦਾ ਜਿਹੜਾ ਕੀੜਾ ਹੁੰਦਾ ਜੇ ਨਾ, ਉਹਨਾਂ ਨੂੰ ਲੈ ਕੇ UK ਤੋਂ ਪਾਕਿਸਤਾਨ ਲੈ ਕੇ ਆਏ। ਉਹਨਾਂ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਬਣਾਈ ਉੱਥੇ, ਉੱਥੇ ਦੇ ਫਨਕਾਰ ਹਾਇਰ ਕੀਤੇ ਅਤੇ ਡਰਾਮੇ ਬਣਾ ਰਹੇ ਨੇ। ਅਤੇ ਉਹਨਾਂ ਦਾ ਇੱਕ ਕਿਰਦਾਰ ਬੜਾ ਮਸ਼ਹੂਰ ਜੇ, ਨਾਨਾ ਸਕੂਟਰੀ, ਜਿਹੜਾ ਕਿ ਤੁਸੀਂ ਦੇਖਦੇ ਹੋ। ਇਸ ਤੋਂ ਇਲਾਵਾ ਮੋਦਾ ਫਰਾਡੀਆ ਅਤੇ ਡਾਕਟਰ, ਇਹ ਤੁਸੀਂ ਕਰੈਕਟਰ ਉਹਨਾਂ ਦੇ ਬੜੇ ਮਸ਼ਹੂਰ ਨੇ ਅਤੇ ਉਹਨਾਂ ਦੇ ਡਰਾਮੇ ਵੀ ਵੇਖਦੇ ਹੋ। ਅਤੇ ਮੈਂ ਤੁਹਾਡੀ ਵਿੱਚ ਜ਼ਿਆਦਾ ਦੇਰ ਹਾਇਲ ਨਹੀਂ ਹੋਣਾ ਚਾਹੁੰਦਾ, ਮੈਂ ਫੌਰੀ ਤੌਰ 'ਤੇ ਤੁਹਾਨੂੰ ਲੈ ਕੇ ਚੱਲਦਾ ਜਨਾਬ ਡਾਕਟਰ ਸੁਲਤਾਨ ਮਹਿਮੂਦ ਚੌਧਰੀ ਸਾਹਿਬ ਨਾਲ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਬੜੇ ਪਿਆਰੇ ਲੱਗ ਰਹੇ ਹੋ। ਡਾਕਟਰ ਸਾਹਿਬ, ਤੁਸੀਂ ਪ੍ਰੋਫੈਸ਼ਨ ਵਿੱਚ ਡਾਕਟਰ ਹੋ ਜੀ, ਅਤੇ ਇਹ ਐਕਟਿੰਗ ਵਾਲੇ ਪਾਸੇ ਕਿਵੇਂ ਆ ਗਿਆ ਜੀ? ਬਸ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਸੀ ਨਾ, ਐਕਟਿੰਗ ਵਾਲਾ ਜਿਹੜਾ ਉਹ ਕੀੜਾ ਨਹੀਂ ਹੁੰਦਾ, ਉਹ ਬਸ ਆ ਗਿਆ ਅਤੇ ਸ਼ੁਰੂ ਕਰ ਦਿੱਤੀ ਐਕਟਿੰਗ। ਅਤੇ ਤੁਹਾਡੀ ਮਾਸ਼ਾਅੱਲਾ ਆਪਣੀ ਪ੍ਰੋਡਕਸ਼ਨ ਕੰਪਨੀ ਜੇ ਸੁਲਤਾਨ ਪ੍ਰੋਡਕਸ਼ਨਸ, ਸੁਲਤਾਨ TV ਜੀ, ਠੀਕ ਹੈ ਨਾ ਜੀ? ਅਤੇ ਤੁਸੀਂ ਕੀ ਬਣਾਏ ਜੀ? ਡਰਾਮੇ ਕਰਦੇ ਜੋ, ਪ੍ਰੋਡਿਊ ਐਜ਼ ਏ ਪ੍ਰੋਡਿਊਸ ਕਰਦੇ ਜੋ, ਐਕਟਿੰਗ ਵੀ ਕਰਦੇ ਹੋ? ਜੀ ਸਭ ਕੁਛ ਇਨ ਹਾਊਸ, ਸਾਰਾ ਕੁਛ ਹੀ ਕਰਦਾ ਹਾਂ ਮੈਂ, ਐਕਟਿੰਗ, ਪ੍ਰੋਡਿਊਸਿੰਗ, ਡਾਇਰੈਕਟਿੰਗ, ਹੁਣ ਤਾਂ ਕੈਮਰਾਮੈਨ ਹੀ ਵੀ ਸਿੱਖ ਰਿਹਾ ਹਾਂ ਮੈਂ ਜੀ। ਡਾਕਟਰ ਸਾਹਿਬ ਸੋਰੀ, ਮੈਂ ਮਾਫੀ ਚਾਹੁੰਦਾ, ਗੱਲ ਇਹ ਜੀ ਕਿ ਤੁਹਾਡੀ ਅਸਲ 'ਚ ਪਠਵਾਰੀ ਤੁਸੀਂ ਬੋਲਦੇ ਹੋ ਅਤੇ ਮੈਂ ਠੇਠ ਪੰਜਾਬੀ ਬੋਲ ਰਿਹਾ, ਤੁਹਾਨੂੰ ਸਮਝਣ ਥੋੜ੍ਹੀ ਮੁਸ਼ਕਲ ਜ਼ਰੂਰ ਆ ਰਹੀ ਹੋਏਗੀ, ਪਰ ਕੋਈ ਗੱਲ ਨਹੀਂ, ਅਸੀਂ ਪੰਜਾਬੀ 'ਚ ਵੀ ਗੱਲ ਕਰਾਂਗੇ, ਉਰਦੂ 'ਚ ਵੀ ਕਰ ਸਕਦੇ ਹਾਂ ਅਤੇ ਪਠਵਾਰੀ 'ਚ ਵੀ ਹਲਕੀ ਫੁਲਕੀ ਜੀ, ਕੋਈ ਮਸਲਾ ਨਹੀਂ, ਤੁਸੀਂ ਪੰਜਾਬੀ 'ਚ ਗੱਲ ਕਰੋ, ਮੈਂ ਕੋਸ਼ਿਸ਼ ਕਰਾਂਗਾ ਜਵਾਬ ਪੰਜਾਬੀ 'ਚ ਹੀ ਦੇਵਾਂ। ਅਤੇ ਡਾਕਟਰ ਸਾਹਿਬ, ਜ਼ਰਾ ਸ਼ੁਰੂ ਦੱਸੋ, ਤੁਸੀਂ MBBS ਯਾਨੀ ਕਿ ਜਿਹੜੇ ਡਾਕਟਰੀ UK ਤੋਂ ਕੀਤੀ ਜੀ, ਠੀਕ ਹੈ ਨਾ ਜੀ? ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਪ੍ਰੈਕਟਿਸ ਵੀ ਕੀਤੀ ਕਿ ਨਹੀਂ? ਬਿਲਕੁਲ, ਇੱਥੇ ਪ੍ਰੈਕਟਿਸ ਕੀਤੀ ਹੈ। ਇਹ ਪਹਿਲੀ ਤਾਂ ਚੀਜ਼ ਹੈ ਵੀ ਪੈਦਾਇਸ਼ ਮੇਰੀ ਬਰਮਿੰਗਮ ਹੋਈ ਸੀ, ਇੰਗਲੈਂਡ UK ਵਿੱਚ, ਫਿਰ ਸਕੂਲ ਪੜ੍ਹਿਆ ਸੈਕੰਡਰੀ ਸਕੂਲ, ਫਿਰ ਕਾਲਜ, ਫਿਰ ਬਰਮਿੰਗਮ ਯੂਨੀਵਰਸਿਟੀ, ਇੱਥੋਂ ਮੈਂ ਡਿਗਰੀਜ਼ ਲਈਆਂ ਅਤੇ ਪ੍ਰੈਕਟਿਸ ਵੀ ਕੀਤਾ, ਅਤੇ ਫਿਰ ਪਾਕਿਸਤਾਨ ਵਿੱਚ ਵੀ ਤਕਰੀਬਨ 6 ਜਾਂ 7 ਸਾਲ ਪ੍ਰੈਕਟਿਸ ਕੀਤਾ ਮੈਂ ਜੀ। ਅਤੇ ਤੁਹਾਨੂੰ ਕਿਸ ਤਰ੍ਹਾਂ ਫੀਲ ਹੁੰਦਾ ਜੇ ਇੱਥੇ ਜ਼ਿਆਦਾ ਬੈਟਰ ਸੀ ਜਾਂ ਪਾਕਿਸਤਾਨ ਜਾ ਕੇ, ਕੀ ਫੀਲ ਕਰਦੇ ਹੋ? ਫੀਲ ਮਹਿਸੂਸ ਇਹ ਹੁੰਦਾ ਵੀ ਇੱਥੇ ਠੰਡ ਹੈ ਅਤੇ ਉੱਥੇ ਗਰਮੀ ਹੈ। ਬਸ ਇਹੀ ਫਰਕ ਫੀਲ ਹੁੰਦਾ ਜੀ ਜੀ। ਔਰ ਬਾਕੀ ਪਾਕਿਸਤਾਨ ਵਿੱਚ ਮੈਂ ਇਹ ਵੇਖਿਆ ਵੀ ਜਿਹੜੀ ਦਵਾਈਆਂ ਦਾ ਸਿਸਟਮ ਹੈ ਨਾ, ਉਹ ਕੰਪਨੀਆਂ ਦੇ ਹਵਾਲੇ ਨਾਲ ਦਵਾਈਆਂ ਨੂੰ ਉਹ ਸਮਝਦੇ ਨੇ ਸਾਰੇ ਬੰਦੇ। ਅਸੀਂ ਇੱਥੇ ਸਿੱਖਿਆ ਹੈ ਸਾਰਾ, ਜੋ ਜਨੈਟਿਕ ਨਾਮ ਫਾਰਮੂਲਾ ਸਾਰਾ ਕੁਝ ਇਸ ਤਰ੍ਹਾਂ ਅਸੀਂ ਸਿੱਖਿਆ, ਉੱਥੇ ਤਾਂ ਉਹ ਕੰਪਨੀ ਦਾ ਨਾਂ ਕਿੰਨੇ ਲੈਂਦੇ ਨੇ ਅਤੇ ਬਸ ਜੀ ਇਹ ਦਿਓ ਦਵਾਈ, ਅਤੇ ਮੈਂ ਤਾਂ ਪਰੇਸ਼ਾਨ ਹੋ ਜਾਂਦਾ ਜੀ। ਫਰਜ਼ ਕਰੋ ਪੈਰਾਸੀਟਮੋਲ ਵੀ ਉਹਨਾਂ ਨੂੰ ਕਹਾਂ ਤਾਂ ਉਹ ਕਹਿੰਦੇ ਨੇ ਜੀ ਪੈਨਾਡੋਲ। ਅੱਛਾ ਅੱਛਾ, ਅਤੇ ਡਾਕਟਰੀ ਤੋਂ ਹਟ ਕੇ ਹੁਣ ਅਸੀਂ ਗੱਲ ਕਰਨੀ ਹੈ, ਤੁਸੀਂ ਐਕਟਿੰਗ ਵਾਲੇ ਪਾਸੇ ਆਏ ਹੋ, ਠੀਕ ਹੈ ਨਾ ਜੀ? ਅਤੇ ਐਕਟਿੰਗ ਦਾ ਤੁਹਾਨੂੰ ਸ਼ੌਕ ਬਚਪਨ ਤੋਂ ਸੀ ਜਾਂ ਜਦੋਂ ਪ੍ਰੋਫੈਸ਼ਨ ਡਾਕਟਰ ਪ੍ਰੋਫੈਸ਼ਨ ਯਾਨੀ ਜਦੋਂ ਜਵਾਨ ਹੋਏ ਜੇ ਉਦੋਂ ਹੋਇਆ ਜੀ? ਬਾਈ ਐਕਟਿੰਗ ਦਾ ਸ਼ੌਕ ਅਤੇ ਡਾਕਟਰੀ ਦੋਨੋਂ ਹੀ ਬਚਪਨ ਵਿੱਚ ਸ਼ੌਕ ਸਨ ਮੇਰੇ, ਠੀਕ ਹੈ? ਅਤੇ ਡਾਕਟਰੀ ਵੀ ਨਾਲ ਕੀਤੀ ਅਤੇ ਐਕਟਿੰਗ ਵੀ ਨਾਲ ਕੀਤੀ, ਲੇਕਿਨ ਤਕਰੀਬਨ 5-6 ਸਾਲ ਹੋ ਗਏ ਨੇ ਐਕਟਿੰਗ ਕਰਦੇ ਹਾਂ, ਅਤੇ ਮੈਂ ਬਾਕੀ ਨੇ ਤਾਂ ਬੜੇ ਪੁਰਾਣੇ ਐਕਟਰ, ਮੈਂ ਤਾਂ ਸਮਝ ਲਓ ਨਵਾਂ ਹੀ ਹਾਂ।
ਤੇ ਤੁਹਾਡਾ ਇੱਕ ਕਰੈਕਟਰ ਮੈਂ ਦੇਖਿਆ ਜੇ ਯੂਟਿਊਬ ਤੇ ਬੜਾ ਵਾਇਰਲ ਹੋਇਆ ਹੈ ਜੇ ਨਾਨਾ ਸਕੂਟਰੀ। ਅੱਛਾ ਜੀ, ਇਹ ਕੀ ਜੇ ਥੋੜਾ ਸਾਨੂੰ ਬੋਲ ਕੇ ਦੱਸੋ ਕੀ ਜੇ ਨਾਨਾ ਸਕੂਟਰੀ ਜੇ ਫਮ ਫਮ, ਉਹ ਹਰ ਜੁਮਲੇ ਤੋਂ ਬਾਅਦ ਫਮ ਫਮ ਕਰਦਾ ਤੇ ਜਬ ਫਮ ਫਮ ਕਰਦਾ ਤੇ ਉਹਦੇ ਮੂੰਹ ਵਿੱਚ ਥੁੱਕ ਲਿਕੜਦਾ ਫਮ ਫਮ ਐਸੇ। ਤੇ ਇਹ ਵੈਸੇ ਮੇਰੀ ਜਿਹੜੀ ਮੈਮਰੀ ਹੈ ਨਾ ਬੜੀ ਜ਼ਬਰਦਸਤ ਹੈ। ਤੇ ਇੱਕ ਬੰਦਾ ਮੈਂ ਵੇਖਿਆ ਸੀ ਤੇ ਉਹ ਇੱਕ ਹੋਟਲ 'ਚ ਬੈਠਿਆ ਸੀ ਤੇ ਉਹਨੂੰ ਮੈਂ ਵੇਖ ਕਰਨਾ ਤੇ ਨੋਟ ਕਰ ਲਿੱਤਾ। ਤੇ ਫਿਰ ਇੱਕ ਡਾਇਰੈਕਟਰ ਸੀ, ਡਰਾਮਿਆਂ ਦਾ ਡਾਇਰੈਕਟਰ ਸੀ, ਉਸ ਮੈਨੂੰ ਕਿਹਾ ਡਾਕਟਰ ਸਾਹਿਬ ਕੋਈ ਕੈਰੇਕਟਰ ਸਾਨੂੰ ਚਾਹੀਦਾ ਜਿਹੜਾ ਕੋਈ ਬਾਬਾ ਹੈ ਲੇਕਿਨ ਖੱਚਰਾ ਜਿਹਾ ਬਾਬਾ। ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਉਣਾ ਤੇ ਫਿਰ ਉਹਨਾਂ ਨੂੰ ਪਸੰਦ ਆ ਗਿਆ ਤੇ ਉੱਥੋਂ ਵਾਇਰਲ ਹੋ ਗਿਆ ਜੀ। ਤੇ ਕੀ ਆਮ ਲਾਈਫ 'ਚ ਵੀ ਤੁਸੀਂ ਉਸ ਤਰ੍ਹਾਂ ਹੋ ਜਾਂ ਡਿਫਰੈਂਟ ਹੋ? ਨਹੀਂ, ਮੈਂ ਆਮ ਲਾਈਫ 'ਚ ਤਾਂ ਮੈਂ ਨਾਰਮਲ ਹੀ ਹਾਂ ਨਾ, ਕਿ ਮੈਂ ਨਾ ਧੋਤੀ ਪਾਈ ਹੈ ਨਾ ਪੱਗ ਬੱਧੀ ਹੈ ਨਾ ਕੁਛ, ਤਾਂ ਦੇਖ ਲਵੋ ਸਾਹਮਣੇ ਹੀ ਹਾਂ ਮੈਂ। ਅੱਛਾ ਚਲੋ, ਇਹ ਤਾਂ ਮੰਨ ਲਿਆ ਨਾਨਾ ਸਕੂਟਰੀ ਜੀ, ਜਿਹੜਾ ਮੁੱਦਾ ਫਰਾਡੀ ਆ ਉਹ 'ਚ ਕੀ ਤੁਸੀਂ ਆਪਣੇ, ਯਾਨੀ ਕਿ ਤੁਹਾਡਾ ਨਾਮ ਵੀ ਸੁਲਤਾਨ ਮਹਿਮੂਦ ਚੌਧਰੀ ਅਤੇ ਮਹਿਮੂਦ, ਤੁਸੀਂ ਆਪਣੇ ਨੂੰ ਫਰਾਡੀਆ ਕਿਉਂ ਕਹਿਲਾਇਆ ਜੀ? ਨਹੀਂ, ਮੈਂ ਫਰਾਡੀਆ ਨਹੀਂ ਕਹਿਲਾਇਆ। ਜਿਸ ਬੰਦੇ ਸਕਿਟਸ ਜਾਂ ਇਹ ਐਪੀਸੋਡ ਸੀਰੀਅਲ ਵਾਈਜ਼ ਲਿਖੇ ਨਾ, ਉਸ ਨਾਂ ਰੱਖਿਆ ਆ ਇਹਦਾ ਮੁੱਦਾ ਫਰਾਡੀਆ। ਕਿ ਤੁਸੀਂ ਉਹਨਾਂ ਨੂੰ ਫਰਾਡ ਕੀਤਾ ਸੀ? ਨਹੀਂ, ਮੈਂ ਫਰਾਡ ਨਹੀਂ ਸੀ ਕੀਤਾ। ਉਹ ਅਸਲੀ ਜਿਹੜੀ ਮਲਕਾ ਪਟਵਾਰ ਹੈ ਨਾ, ਮੈਡਮ ਸ਼ਨਾਜ਼ ਖਾਨ ਜਿਹੜੇ ਮੇਰੇ ਪਾਰਟਨਰ ਹੁੰਦੇ ਨੇ ਸਕਰੀਨ 'ਤੇ, ਜਿਹੜੀ ਮੇਰੀ ਵਾਈਫ ਹੁੰਦੇ ਨੇ, ਉਹਨਾਂ ਕੋਲੋਂ ਮੈਂ ਡਰਦਾ ਹਾਂ, ਠੀਕ ਹੈ, ਔਰ ਕਾਫੀ ਡਰਦਾ ਉਹਨਾਂ ਕੋਲੋਂ। ਅਤੇ ਉਹ ਮੈਨੂੰ ਸਮਝਦੇ ਨੇ ਬਈ ਇਹ ਫਰਾਡ ਮੇਰੇ ਨਾਲ ਕਰਦਾ ਆ, ਜੇ ਫਰਜ਼ ਕਰੋ ਸਬਜ਼ੀ ਵਾਸਤੇ ਕੋਈ ਪੈਸੇ ਮੈਨੂੰ ਚਾਹੀਦੇ ਨੇ, ਸੋਚਦੀ ਹੈ ਜੀ ਇਹ ਫਰਾਡ ਕਰਦਾ ਮੇਰੇ ਨਾਲ, ਲੇਕਿਨ ਅਸਲੀ ਫਰਾਡ ਜਿਹੜਾ ਨਾ ਸਾਡਾ ਉਹ ਦਮਾਦ ਹੈ ਨਾ, ਉਹ ਕਰਦਾ ਆ ਜੀ। ਤੁਸੀਂ ਸ਼ਹਿਨਾਜ਼ ਜੀ ਦਾ ਨਾਂ ਲਿਆ, ਉਹ ਤਾਂ ਮਲਕਾ ਪਟਵਾਰ ਅਤੇ ਲੈਜੈਂਡ ਪਰਸਨੈਲਿਟੀ ਨੇ, ਬਹੁਤ ਟੋਪ ਦੀ ਆਰਟਿਸਟ ਨੇ ਉਹ, ਅਤੇ ਉਹਨਾਂ ਨਾਲ ਤੁਸੀਂ ਕੰਮ ਕਰ ਰਹੇ ਹੋ ਮਾਸ਼ਾਅੱਲਾ, ਤੁਸੀਂ ਖੁਦ ਵੀ ਬਹੁਤ ਵੱਡੇ ਆਰਟਿਸਟ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਕਿਹੜੀ ਕਿਹੜੀ ਪ੍ਰੋਡਕਸ਼ਨ ਕੀਤੀ ਜੀ, ਕੀ ਡਰਾਮੇ ਬਣਾਏ ਨੇ ਆਪਣੇ? ਤਾਂ ਡਰਾਮੇ ਅਤੇ ਸੁਲਤਾਨ ਟੀਵੀ 'ਤੇ ਸਾਰੇ ਵਲੋਗਸ ਵੀ ਹਨ, ਡਰਾਮੇ ਵੀ ਹਨ। ਉਹ ਇੱਕ ਐਸੀ ਸਾਡਾ ਬੜਾ ਉਹ ਵੀ ਵਾਇਰਲ ਹੋਇਆ ਸੀ, ਬੇਵਕੂਫਾਂ ਦਾ ਟੱਬਰ, ਅਤੇ ਉਹ ਜ਼ਬਰਦਸਤ ਸੀ। ਬਹੁਤ ਸਾਰੇ ਬੰਦੇ ਐਸੇ, ਲੇਕਿਨ ਉਹਦੇ ਵਿੱਚ ਇੱਕ ਕੈਰੇਕਟਰ ਐਸੀ, ਉਹਦਾ ਨਾਮ ਮੈਂ ਭੁੱਲ ਗਿਆ ਹਾਂ, ਲੇਕਿਨ ਉਹ ਅਦਨਾਨ, ਰਾਜਾ ਅਦਨਾਨ ਸ਼ੌਕਤ ਸੀ, ਉਹ ਵਿਚਾਰਾ ਫੋਤ ਹੋ ਗਿਆ ਸੀ। ਉਹ ਤੋਂ ਬਾਅਦ ਫੋਤ ਹੋਣੇ ਤੋਂ ਬਾਅਦ ਫਿਰ ਮੇਰਾ ਨਹੀਂ ਦਿਲ ਕੀਤਾ ਬਈ ਉਹ ਡਰਾਮਾ ਕੰਟੀਨਿਊ ਕਰਾਂ, ਕਿਉਂਕਿ ਉਹਦਾ ਵੀ ਕੈਰੇਕਟਰ ਹੈ ਸੀ ਨਾ, ਤਾਂ ਕੈਰੇਕਟਰ ਨਾ ਹੋਵੇ ਤਾਂ ਫਿਰ ਉਹ ਡਰਾਮਾ ਨਹੀਂ ਬਣਦਾ। ਇਹ ਤਾਂ ਗੱਲ ਜੀ। ਅਤੇ ਹੁਣ ਮੈਨੂੰ ਪਤਾ ਚੱਲਿਆ ਜੇ ਕਿ ਤੁਸੀਂ ਕੋਈ ਫਿਲਮ ਬਣਾਉਣ ਵਾਲੇ ਹੋ ਯੂਕੇ 'ਚ ਕੋਈ, ਅਤੇ ਉਹਦੇ ਬਾਰੇ ਥੋੜ੍ਹਾ ਦੱਸੋਗੇ ਕਿ ਕੀ ਕਰਨ ਲੱਗਾ ਕਰਨ ਵਾਲੇ? ਫਿਲਮ ਡੈਂਕੀ 'ਤੇ ਹੈ, ਜਿਹੜੇ ਨਹੀਂ ਲੜਕੀਆਂ ਲੜਕੇ ਆਉਂਦੇ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਦੂਜਿਆਂ ਮੁਲਕਾਂ ਵਿੱਚ, ਉਹ ਡੈਂਕੀ ਉਹਨੂੰ ਕਹਿੰਦੇ ਨਾ, ਉਹਦੇ 'ਤੇ ਹੈ। ਅਤੇ ਇਸ ਤੋਂ ਮਜ਼ੀਦ ਮੈਂ ਸਾਡੇ ਜਿਹੜੇ ਡਾਇਰੈਕਟਰ ਨੇ ਜਾਂ ਰਾਈਟਰ ਨੇ ਨਾ, ਜੇ ਮੈਂ ਤੁਹਾਨੂੰ ਦੱਸ ਦਿੱਤਾ ਤਾਂ ਉਹ ਨਾਰਾਜ਼ ਹੋ ਜਾ ਸਕਦੇ, ਠੀਕ ਹੈ, ਲੇਕਿਨ ਉਹ ਆਉਣ ਵਾਲੀ ਹੈ ਅਤੇ ਇਨਸ਼ਾਅੱਲਾ ਜ਼ਬਰਦਸਤ ਹੋ ਸੀ, ਅਤੇ ਸਾਰੇ ਬੰਦੇ ਮੈਂ ਕਹਿੰਦਾ ਬਈ ਉਹਨਾਂ ਵੇਖਣਾ ਆ ਫਿਲਮ। ਉਹ 'ਚ ਤੁਸੀਂ ਆਰਟਿਸਟ ਲੈ ਰਹੇ ਹੋ, ਬੜੇ ਤੇ ਆਰਟਿਸਟ ਹੋਣਗੇ, ਕਿਆ ਤੁਸੀਂ ਜਿਹੜੇ ਯੂਕੇ 'ਚ ਆਰਟਿਸਟ ਹੋਣਗੇ ਲੋਕਲ, ਕਿਆ ਤੁਸੀਂ ਉਹਨਾਂ ਨੂੰ ਵੀ ਚਾਂਸ ਦਿਓਗੇ ਕਿ ਨਹੀਂ? ਇਨਸ਼ਾਅੱਲਾ ਚਾਂਸ ਦੇਵਾਂਗੇ, ਕਿਉਂ ਨਾ ਦੇਵਾਂਗੇ। ਇਹ ਮੇਰਾ ਇਰਾਦਾ ਬਈ, ਖਾਸ ਕਰਕੇ ਯੂਕੇ ਵਿੱਚ ਜਿਹੜੀ ਅਸਾਂ ਦੀ ਹੈ ਨਾ, ਕੀ ਕਹਿੰਦੇ ਨੇ, ਆਰਟਿਸਟ ਕਮਿਊਨਿਟੀ ਜਾਂ ਯੂਥ, ਖਾਸ ਕਰਕੇ ਯੂਥ ਜਿਹੜੀ ਹੈ ਨਾ, ਉਹ ਮੇਰਾ ਇਰਾਦਾ ਬਈ ਯੂਥ ਨੂੰ ਲੈ ਕੇ ਆਵਾਂ, ਕਿਉਂਕਿ ਇਹ ਜਿਹੜੀ ਐਕਟਿੰਗ ਹੈ ਜਾਂ ਸ਼ੋਅ ਬਿਜ਼ਨਸ ਹੈ, ਇਹ ਪਾਕਿਸਤਾਨ ਦੇ ਵਿੱਚ ਹੈ ਆ ਸਾਡੀ ਆਪਣੀ ਜ਼ਬਾਨਾਂ ਵਿੱਚ, ਲੇਕਿਨ ਇੰਗਲੈਂਡ ਵਿੱਚ ਨਹੀਂ ਹੈ ਨਾ। ਇਹ ਤਾਂ ਬੜੀ ਵਧੀਆ ਗੱਲ ਹੋ ਜਾਏਗੀ ਕਿ ਤੁਸੀਂ ਇੰਗਲੈਂਡ ਦੇ ਜਿਹੜੇ ਕਿ ਆਰਟਿਸਟ ਨੇ ਸ਼ੌਕ 'ਚ, ਉਹਨਾਂ ਦੀ ਰਸਾਈ ਨਹੀਂ ਹੋ ਪਾ ਰਹੀ ਡਰਾਮੇ ਤਿੱਕਰ ਜਾਂ ਫਿਲਮ ਤਿੱਕਰ, ਉਹਨਾਂ ਤੁਸੀਂ ਚਾਂਸ ਦਿਓਗੇ, ਅਤੇ
ਤੇ ਕਿਆ ਤੁਸੀਂ ਹੁਣ ਪਾਕਿਸਤਾਨ ਤੋਂ ਮੁਸਤਕਿਲ ਦੁਬਾਰਾ UK ਸ਼ਿਫਟ ਹੋ ਰਹੇ ਹੋ ਦੁਬਾਰਾ? ਮੈਂ ਸੱਚੀ ਗੱਲ ਬਾਈ ਇਸ ਤਰ੍ਹਾਂ ਬਈ ਮੈਂ ਪਾਕਿਸਤਾਨ, ਕਿਉਂਕਿ ਪਾਕਿਸਤਾਨ ਵਿੱਚ ਮੇਰਾ ਘਰ ਵੀ ਹੈ, ਠੀਕ ਹੈ, ਫੈਮਿਲੀ ਵੀ ਆ ਮੇਰੀ ਉੱਥੇ, ਅਤੇ ਲੇਕਿਨ ਕੰਮ ਜ਼ਿਆਦਾਤੌਰ UK ਵਿੱਚ ਹੀ ਮੈਂ ਕਰਨ ਆਇਆ। ਓਕੇ, ਅਤੇ ਦੁਬਾਰਾ ਕੀ ਇੱਥੇ ਤੁਸੀਂ ਪ੍ਰੈਕਟਿਸ ਵੀ ਕਰੋਗੇ, ਸਿਰਫ ਪ੍ਰੋਡਕਸ਼ਨ ਦਾ ਪਲਾਨ? ਨਹੀਂ, ਸਿਰਫ ਪ੍ਰੋਡਕਸ਼ਨ ਔਰ ਐਕਟਿੰਗ ਹੀ ਕਰਨਾ। ਪ੍ਰੈਕਟਿਸ ਜਿਹੜੀ ਹੈ ਨਾ, ਹੁਣ ਮੇਰੇ ਖਿਆਲ ਮੇਰੀ ਉਮਰ ਥੋੜ੍ਹੀ ਜ਼ਿਆਦਾ ਹੋ ਗਈ ਹੈ, ਤਾਂ ਪ੍ਰੈਕਟਿਸ ਮੁਸ਼ਕਿਲ ਹੀ ਹੈ। ਅਜੇ ਤੁਸੀਂ ਸਟਿਲ ਯੰਗ ਹੋ, ਤੁਸੀਂ ਆਪਣੇ ਆਪ ਨੂੰ ਕਿਉਂ ਬੁੱਢਾ ਤਾਂ ਸਬਰ ਕਰਦੇ ਹੋ? ਨਹੀਂ ਬੁੱਢਾ ਕਿਸ ਕੇ, ਮੈਂ ਤਾਂ ਨਹੀਂ ਕਿਹਾ ਮੈਂ ਬੁੱਢਾ, ਮੈਂ ਕਿਹਾ ਉਮਰ ਥੋੜ੍ਹੀ ਜ਼ਿਆਦਾ ਹੈਗੀ, ਤਾਂ ਨਹੀਂ ਕਿਹਾ ਮੈਂ ਬੁੱਢਾ ਹਾਂ, ਮੈਂ ਬੁੱਢਾ ਨਜ਼ਰ ਆ ਰਿਹਾ ਤੂੰ ਸਾਨੂੰ? ਅੱਛਾ ਜੀ, ਤਾਂ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ, ਮੈਨੂੰ ਪਤਾ ਚੱਲਿਆ ਸੀ ਕੋਈ ਸ਼ਾਦੀ ਕਰ ਰਹੇ ਹੋ, ਸ਼ਾਦੀ ਕਦੋਂ ਕਰ ਰਹੇ ਹੋ? ਸ਼ਾਦੀ ਇਹ ਕਿਹੜੇ ਬੰਦੇ ਦੱਸਿਆ ਤੇ ਸਾਨੂੰ ਮੈਂ ਸ਼ਾਦੀ ਕਰ ਰਿਹਾ ਹਾਂ? ਦੇਖੋ ਜੀ, ਖਬਰਾਂ ਤੋਂ ਉੜਦੀ ਹੈ, ਵੱਡੀ ਮਸ਼ਹੂਰ ਸ਼ਖਸੀਅਤ ਹੋਵੇ ਉਹਦੇ ਬਾਰੇ 'ਚ ਲੋਕ, ਮੈਂ ਕਿਸੇ ਨਿਊਜ਼ 'ਚ ਪੜ੍ਹਿਆ ਸੀ ਕਿ ਤੁਸੀਂ ਸ਼ਾਦੀ UK 'ਚ ਕਰ ਰਹੇ ਹੋ ਜਾਂ ਪਾਕਿਸਤਾਨ ਕਰ ਰਹੇ ਹੋ? ਨਹੀਂ, ਮੈਂ ਖਿਆਲਾਤ ਹਨ, ਲੇਕਿਨ ਜੇ ਕੀਤੀ ਤਾਂ UK 'ਚ। UK 'ਚ? ਅਤੇ ਕਿਸ ਤਰ੍ਹਾਂ ਦੀ ਲੜਕੀ ਤੁਸੀਂ ਪਸੰਦ ਕਰਦੇ ਹੋ, ਕਿਸ ਤਰ੍ਹਾਂ ਦੀ ਤੁਹਾਡੀ ਚੋਇਸ? ਲੜਕੀ ਪਹਿਲੀ ਤਾਂ ਚੀਜ਼ ਇਹ ਆ ਬਈ ਪ੍ਰੈਕਟਿਸਿੰਗ ਹੋਣੀ ਚਾਹੀਦੀ ਹੈ, ਨਮਾਜ਼ ਰੋਜ਼ਾ, ਇਹ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਇਹ ਚਾਹੁੰਦਾ ਬਈ ਥੋੜ੍ਹਾ ਜਿਹਾ ਹਟ ਕੇ ਇਸ ਗੱਲ ਤੋਂ ਬਈ ਜਿਹੜੀ ਅਸੀਂ ਪ੍ਰੋਡਕਸ਼ਨ ਕਰਦੇ ਹਾਂ UK ਵਿੱਚ, ਸਾਡਾ ਮਜ਼ਹਬ, ਕਲਚਰ, ਜ਼ਬਾਨ, ਇਹ ਚੀਜ਼ਾਂ ਜਿਹੜੀਆਂ ਨੇ, ਸਕਾਫਤਾਂ ਜਿਹੜੀਆਂ, ਇਹ ਭੁੱਲੀਆਂ ਨਹੀਂ ਚਾਹੀਦੀਆਂ, ਖਾਸ ਕਰਕੇ ਅੱਜ ਕੱਲ੍ਹ ਯੂਥ, ਉਹਨਾਂ ਨੂੰ ਨਹੀਂ ਭੁੱਲਣੀ ਚਾਹੀਦੀ। ਅੱਛਾ, ਅਤੇ ਵਾਪਸ ਆ ਕੇ ਪ੍ਰੈਕਟਿਸਿੰਗ ਹੋਣੀ ਚਾਹੀਦੀ ਹੈ ਬੀਵੀ। ਦੂਸਰੀ ਚੀਜ਼ ਹੈ ਬਈ ਦੇਸੀ ਖਾਣੇ ਪਕਾਉਣੇ ਉਸਕੇ ਪਤਾ ਹੋਣਾ ਚਾਹੀਦਾ, ਠੀਕ ਹੈ। ਅਤੇ ਤੁਹਾਨੂੰ ਖਾਣ ਪੀਣ 'ਚ ਕੀ ਪਸੰਦ ਜੇ, ਕੀ ਕਿਹੜੀ ਡਿਸ਼ ਐਸੀ ਜਿਹੜੀ ਤੁਹਾਨੂੰ ਪਸੰਦ ਜੇ, ਤੈਨੂੰ ਜਿਹੜੀ ਕਿ ਉਹ ਐਸੀ ਡਿਸ਼ ਤੁਹਾਨੂੰ ਖਿਲਾਵੇ ਕਿ ਤੁਸੀਂ ਉਹਦੇ ਵਾਸਤੇ ਸ਼ਾਦੀ ਕਰਨ ਵਾਸਤੇ ਤਿਆਰ ਹੋ ਜਾਓ? ਕਿਹੜੀ ਐਸੀ ਡਿਸ਼ ਕੋਈ ਲੜਕੀ, ਫੋਰ ਐਗਜ਼ਾਮਪਲ, ਕੋਈ ਲੜਕੀ ਤੁਹਾਨੂੰ ਪਸੰਦ ਕਰਦੀ ਜੇ? ਅੱਛਾ, ਅਤੇ ਕਿਹੜੀ ਐਸੀ ਡਿਸ਼ ਖਿਲਾਵੇ ਤੁਹਾਨੂੰ ਕਿ ਤੁਸੀਂ ਕੋਈ ਲੈ ਵੀ ਮੈਂ ਤਾਂ ਅਸੀਂ ਕੁੜੀ ਨਾਲ ਵਿਆਹ ਕਰਨਾ ਜੇ? ਸੱਚੀ ਗੱਲ ਹੈ ਭਾਈ ਬਈ, ਜੇ ਉਹ ਪਾਣੀ ਦਾ ਗਲਾਸ ਲੈ ਕੇ ਆਵੇ ਤਾਂ ਮੈਨੂੰ ਦੇਵੇ ਪਾਣੀ, ਤਾਂ ਉਹ ਦੇਖ ਕੇ ਸਹੀ ਤਰੀਕੇ ਨਾਲ ਜੇ ਮੈਨੂੰ ਪਾਣੀ ਦੇਵੇ ਤਾਂ ਮੈਂ ਉਹਦੇ ਨਾਲ ਸ਼ਾਦੀ ਕਰ ਲੈ। ਵਾਹ ਜੀ ਵਾਹ, ਬੱਲੇ ਬੱਲੇ ਵੀ ਹੈ, ਅਤੇ ਬਹੁਤ ਹੀ ਵਧੀਆ ਕਿ ਸਿਰਫ ਪਾਣੀ ਦੇ ਗਲਾਸ 'ਤੇ ਉਸ ਕੁੜੀ ਨੂੰ ਪਸੰਦ ਕਰ ਲੈਣਗੇ। ਠੀਕ ਹੈ, ਲੇਕਿਨ ਕੋਈ ਅਜੀਬੋ ਗਰੀਬ ਹਲਕਤਾਂ ਵੀ ਹੁੰਦੀਆਂ ਨਾ, ਹੱਥ ਕੰਬਦੇ ਹੋਣ ਜਾਂ ਫਿਰ ਉਹਦੇ ਨਾਲ ਤਾਂ ਨਹੀਂ ਨਾ ਸ਼ਾਦੀ ਕਰਨੀ, ਜਾਂ ਉਹ ਪਾਣੀ ਡੋਲ ਦੇਵੇ ਮੇਰੇ ਕੱਪੜਿਆਂ 'ਤੇ ਉਹਦੇ ਨਾਲ ਵੀ ਨਹੀਂ ਸ਼ਾਦੀ ਕਰਨੀ, ਆਰਾਮ ਸਕੂਨ ਨਾਲ ਬਸ। ਅਤੇ UK ਦੇ ਕਿਹੜੇ ਇਲਾਕੇ ਤੁਸੀਂ, ਕਿਹੜੇ ਇਲਾਕੇ 'ਚ ਰਹਿੰਦੇ UK 'ਚ? ਮੈਂ UK 'ਚ ਰਹਿੰਦਾ ਹਾਂ ਰੋਦਰਮ ਵਿੱਚ, ਰੋਦਰਮ ਐ ਸ਼ਫੀਲ ਅਤੇ ਡਾਊਨਕਾਸਟਰ ਦੇ ਮਿਡਲ ਵਿੱਚ, ਦਰਮਿਆਨ ਵਿੱਚ, ਠੀਕ ਹੈ। ਇੱਥੇ ਤਕਰੀਬਨ 1997 ਆਇਆ ਸਾਂ ਜੀ। ਅੱਛਾ, ਅਤੇ ਦੂਸਰੀ ਗੱਲ ਇਹ ਕਿ ਤੁਸੀਂ ਹੁਣ ਤਾਂ UK 'ਚ ਹੋ, ਠੀਕ ਹੈ ਨਾ ਜੀ, ਅਤੇ ਤੁਸੀਂ ਸਟੂਡੀਓ ਤੋਂ ਸ਼ਿਫਟ ਲਿਆਏ ਹੋ, ਤੁਸੀਂ ਪਾਕਿਸਤਾਨ ਚੱਲੇ ਹੋ ਕਿ ਕਾਸਟਿੰਗ ਕਰਨ ਚੱਲੇ ਹੋ, ਉੱਥੇ ਆਰਟਿਸਟ ਨੂੰ ਲੈ ਕੇ ਆ ਰਹੇ ਹੋ ਜਾਂ ਕੀ ਪਲੈਨ ਜੇ ਤੁਹਾਡਾ? ਇਹ ਜੀ, ਉੱਥੇ 3-4 ਕੰਮ ਹੈ ਮੇਰੇ, ਕਾਸਟਿੰਗ ਵੀ ਕਰਨੀ ਹੈ ਅਤੇ ਉੱਥੇ ਇਕੁਇਪਮੈਂਟ ਵਗੈਰਾ ਵੀ ਹੈ, ਲਾਈਟਾਂ, ਕੈਮਰੇ ਵਗੈਰਾ ਇਹ ਵੀ ਹਨ, ਉਹ ਵੀ ਲੈ ਕੇ ਆਉਣੇ, ਅਤੇ ਫਿਰ ਉਸ ਤੋਂ ਇਲਾਵਾ ਥੋੜ੍ਹੇ ਜਿਹੇ ਕੰਮ ਹਨ ਉਹਨਾਂ ਨੂੰ ਸਮੇਟਣਾ ਆ, ਘਰ ਮੇਰਾ ਆਇਆ ਉੱਥੇ ਥੋੜ੍ਹਾ ਜਿਹਾ ਕੰਮ ਹੈ, ਉੱਥੇ ਕੋਠੀ 'ਚ ਕੰਮ ਕਰਵਾਉਣਾ ਆ, ਉਹ ਸਾਰਾ ਕੁਝ ਸਮੇਟ ਕੇ ਅਤੇ ਫਿਰ ਵਾਪਸ UK ਆ ਕੇ ਅਤੇ ਰਿਕਾਰਡਿੰਗਾਂ ਸ਼ੁਰੂ ਕਰਨੀਆਂ ਜੀ। ਜੀ, ਵਿਸ਼ ਯੂ ਗੁੱਡ ਲੱਕ, ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਡਾਕਟਰ ਸਾਹਿਬ ਨੂੰ ਮਿਲਵਾਉਂਦੇ ਹਾਂ। ਜੀ ਦੋਸਤੋ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਕਿਤੇ ਗਏ ਨਹੀਂ, ਇੱਥੇ ਬੈਠੇ। ਪ੍ਰੋਗਰਾਮ ਮੈਂ ਤੁਹਾਡੀ ਡਾਕਟਰ ਸੁਲਤਾਨ ਚੌਧਰੀ ਸਾਹਿਬ ਨਾਲ ਗੱਲ ਹੋ ਰਹੀ ਸੀ, ਇਹਨਾਂ ਕੋਲ ਮੈਂ ਇਹਨਾਂ ਦੀ ਆਉਣ ਵਾਲੀ ਫਿਲਮ ਦੇ ਬਾਰੇ 'ਚ ਥੋੜ੍ਹੇ ਜਿਹੇ ਸਵਾਲਾਤ ਕਰਾਂਗਾ। ਸਵਾਲ ਕਰਨ ਤੋਂ ਪਹਿਲੇ ਮੈਂ ਆਪਣੇ ਲੋਕਾਂ ਨੂੰ ਇਹ ਕਰਾਂ ਕਿ ਲੋਕ ਸਮਝਦੇ ਨੇ ਕਿ UK 'ਚ ਸ਼ਾਇਦ ਦਰਖਤਾਂ ਨਾਲ ਪੈਸੇ ਲੱਗੇ ਨੇ, ਪੱਟਣੇ ਨੇ ਅਤੇ ਭੇਜਣੇ ਨੇ, ਇਹ ਇਸ ਤਰ੍ਹਾਂ ਇੱਥੇ ਕੁਛ ਨਹੀਂ ਹੈ। ਇੱਥੇ ਬਲਕਿ ਤੁਸੀਂ ਅਗਰ ਇਲੀਗਲ ਤਰੀਕੇ ਨਾਲ ਆਉਂਦੇ ਹੋ ਤਾਂ
ਤੁਹਾਨੂੰ ਕੋਈ ਜੌਬ ਵੀ ਨਹੀਂ ਦਿੰਦਾ, 3-4-5 ਪਾਉਂਡ ਵੀ ਨਹੀਂ ਦਿੰਦਾ, ਠੀਕ ਹੈ ਨਾ ਜੀ? ਅਤੇ ਉਹਦਾ ਵਾਸਤੇ ਬੈਟਰ ਹੈ ਕਿ ਲੀਗਲ ਤਰੀਕੇ ਨਾਲ ਅਗਰ ਆਓ ਨਾ, ਅਤੇ ਫਿਰ ਹੀ ਤੁਸੀਂ ਕੁਛ ਕਰ ਸਕਦੇ ਹੋ। ਕਿਉਂਕਿ ਅਗਰ ਦੁਕਾਨਦਾਰ ਇੱਥੇ ਕਿਸੇ ਨੂੰ ਜੌਬ ਦਿੰਦਾ ਜੇ, ਤਾਂ ਉਹਨੂੰ ਵੱਡਾ ਭਾਰੀ ਜੁਰਮਾਨਾ ਪੈ ਜਾਂਦਾ, 40-40 ਹਜ਼ਾਰ ਪਾਉਂਡ ਬੰਦੇ ਦਾ ਦੇਣਾ ਪੈਂਦਾ। ਡਾਕਟਰ ਸਾਹਿਬ, ਤੁਹਾਡਾ ਕੀ ਐਕਸਪੀਰੀਅੰਸ ਹੈ, ਤੁਸੀਂ ਇਸ ਡੈਂਕੀ ਦੇ ਬਾਰੇ ਥੋੜ੍ਹਾ ਦੱਸੋਗੇ ਕਿ ਐਕਚੁਅਲੀ? ਵੈਸੇ ਤਾਂ ਇੱਕ ਕਿਸੇ ਦੂਸਰੇ ਮੁਲਕ ਨੇ ਵੀ ਡੈਂਕੀ ਦੇ ਨਾਮ ਨਾਲ ਫਿਲਮ ਬਣਾਈ ਹੈ, ਮਗਰ ਉਹਦੇ 'ਚ ਉਹ ਚੀਜ਼ ਮੈਨੂੰ ਨਜ਼ਰ ਨਹੀਂ ਆਈ। ਅਤੇ ਜਿਹੜੀ ਤੁਸੀਂ ਅਸੀਂ ਕਿਹੜੀ ਚੀਜ਼ ਦਿਖਾਉਣਾ ਚਾਹੁੰਦੇ ਹੋ, ਜਿਹੜੀ ਕਿ ਤੁਸੀਂ ਕਹਿੰਦੇ ਹੋ ਉਸ ਫਿਲਮ ਨਾਲੋਂ ਜ਼ਿਆਦਾ ਬੈਟਰ ਹੋਏ? ਜੀ, ਬੈਟਰ ਹੋ ਸੀ, ਇਨਸ਼ਾਅੱਲਾ ਬੈਟਰ ਹੋਵੇਗੀ। ਸਾਰੀਆਂ ਜਿਹੜੀਆਂ ਹਕੀਕਤਾਂ ਹਨ, ਅਸਲ ਜਿਹੜੀ ਹਕੀਕਤ ਗੱਲਾਂ ਹੋਈਆਂ ਹਨ, ਉਹਨਾਂ ਬੰਦਿਆਂ ਨਾਲ ਬੀਤੀਆਂ ਹਨ, ਜਿਸ ਤਰ੍ਹਾਂ ਉਹ ਕਿਸ਼ਤੀ ਡੁੱਬੀ ਸੀ, ਕਿਤਨੇ ਬੰਦੇ ਸੀ ਉਹ ਡੁੱਬੇ ਸਨ, ਠੀਕ ਹੈ? ਉਹਨਾਂ ਦੇ ਬਾਰੇ 'ਚ ਜਿਹੜੀ ਕਈ ਵਾਰੀ ਉਹਨਾਂ 'ਤੇ ਫਾਇਰ ਵੀ ਕਰਦੇ ਨੇ, ਜਿਨ੍ਹਾਂ ਜਿਨ੍ਹਾਂ ਮੁਲਕਾਂ 'ਚ ਟੈਂਕੀ ਕਰਦੇ ਨੇ ਉਹਨਾਂ ਨੂੰ ਫਾਇਰ ਵੀ ਮਾਰਦੇ ਨੇ, ਠੀਕ ਹੈ? ਕੋਈ ਬਚ ਜਾਂਦੇ ਨੇ, ਕੋਈ ਵਿਚਾਰੇ ਫੋਤ ਹੋ ਜਾਂਦੇ ਨੇ। ਅੱਛਾ, ਬਾਕੀ ਨਾ ਜਿਹੜੇ ਏਜੰਟ ਹਨ ਉਹਨਾਂ ਨੂੰ ਜੀ ਕਿੰਨੇ 40-50-60-70-80 ਲੱਖ ਕਰੋੜ ਰੁਪਈਆ, 1.5 ਕਰੋੜ ਰੁਪਈਆ ਟੈਂਕੀ ਵਾਸਤੇ, ਲੇਕਿਨ ਇਹ ਸਾਰੇ ਇਲੀਗਲ ਆਉਂਦੇ ਨੇ ਇੱਥੇ, ਠੀਕ? ਖਾਸ ਕਰਕੇ ਜਿਹੜੇ UK ਆਉਂਦੇ ਨੇ ਉਹਨਾਂ ਕੋਲੋਂ ਤਾਂ ਜ਼ਿਆਦਾ ਪੈਸੇ ਲੈਂਦੇ ਨੇ। ਅਸਲੀ ਤਰੀਕਾਕਾਰ ਜਿਹੜਾ, ਪਹਿਲੀ ਤਾਂ ਚੀਜ਼ ਇਹ ਹੈ ਬਈ ਉਹ ਲੀਗਲ ਹੈ, ਦੂਸਰੀ ਚੀਜ਼ ਹੈ ਸੇਫ ਹੈ, ਤੀਜੀ ਚੀਜ਼ ਇਹ ਹੈ ਬਈ ਪੈਸੇ ਵੀ ਥੋੜ੍ਹੇ, ਠੀਕ ਹੈ? ਅੱਛਾ, ਅਤੇ ਸੇਫਟੀ ਵੀ ਇੱਥੇ ਹੁੰਦੀ ਹੈ, ਜਿਸ ਤਰੀਕੇ ਨਾਲ ਤੁਸੀਂ ਆਓ ਅਤੇ ਸੇਫ ਤਰੀਕੇ ਨਾਲ ਆਓ ਔਰ ਸਹੀ ਸਮਝ ਕੇ। ਡਾਕਟਰ ਸਾਹਿਬ ਕਹਿੰਦੇ ਨੇ ਕਿ ਵੈਸੇ ਨੋਰਮਲ ਤਰੀਕੇ ਜਦੋਂ ਵੀਜ਼ਾ ਅਪਲਾਈ ਕਰ ਥੋੜ੍ਹਾ ਔਖਾ ਜੇ, ਮਗਰ ਮੇਰੇ ਖਿਆਲ 'ਚ ਉਹ ਥੋੜ੍ਹਾ ਔਖਾ ਭਾਵਾਂ ਹੈ ਜੇ, ਮਗਰ ਹੈ ਸੇਫ ਜੇ, ਠੀਕ ਹੈ ਨਾ ਜੀ? ਉਹਦੇ 'ਚ ਤੁਹਾਡੀ ਜਾਨ ਦਾ ਕੋਈ ਖਤਰਾ ਨਹੀਂ। ਲੋਕ ਵਿਚਾਰੇ ਆਪਣੇ ਜ਼ੇਵਰ ਵੇਚ ਕੇ, ਕੋਈ ਜ਼ਮੀਨ ਵੇਚ ਕੇ, ਕੋਈ ਮੱਝ ਵੇਚ ਕੇ ਆਉਂਦਾ ਜੇ ਔਖਾ ਹੋ ਕੇ, ਠੀਕ ਹੈ ਨਾ? ਬਿਲਕੁਲ। ਇੱਥੇ ਉਹਨਾਂ ਨੂੰ ਕੱਖ ਨਹੀਂ ਮਿਲਦਾ, ਇਸ UK 'ਚ ਉਹ ਸਮਝਦੇ ਨੇ ਕਿ ਮੈਂ ਜਾਂਦੇ ਸਾਰ ਹੀ ਬਸ ਕਮਾਈ ਸ਼ੁਰੂ ਕਰ ਦੇਣੀ, ਪਿੱਛੇ ਪੈਸੇ ਭੇਜਣੇ ਨੇ, ਕੱਖ ਨਹੀਂ। ਇੱਥੇ ਲੋਕ ਰੋਂਦੇ ਨੇ, ਮੈਂ ਨੱਕ ਦੀਆਂ ਲਕੀਰਾਂ ਕੱਢਦੇ ਵੇਖੇ ਨੇ। ਬਿਲਕੁਲ ਹੀ ਇਹ ਗੱਲ ਹੈ ਭਾਈ। ਇਸ ਤਰ੍ਹਾਂ ਬਈ ਜੇ ਤੁਸੀਂ ਸਹੀ ਲੀਗਲ ਤਰੀਕੇ ਨਾਲ ਆਵੋ ਇੱਥੇ, ਇੱਥੇ ਫਿਰ ਜਾਬ ਵੀ ਮਿਲ ਸੀ, ਸੇਫਟੀ ਵੀ ਅਸੀਂ, ਸਿਕਿਉਰਿਟੀ ਵੀ ਅਸੀਂ, ਜਿਹੜੀ ਇਹਨਾਂ ਨੇ ਟ੍ਰੀਟਮੈਂਟ ਮੈਡੀਕਲ ਟ੍ਰੀਟਮੈਂਟ ਉਹ ਵੀ ਅਸੀਂ, ਹਰ ਚੀਜ਼ ਬਰਾਬਰ ਸਾਨੂੰ ਮਿਲ ਸੀ, ਠੀਕ ਹੈ? ਲੇਕਿਨ ਜੇ ਤੁਸੀਂ ਲੀਗਲ ਸਹੀ ਤਰੀਕੇ ਨਾਲ ਆਓ ਇੱਥੇ, ਠੀਕ ਹੈ? ਜੇ ਇਲੀਗਲ ਤਰੀਕਾ ਸੀ, ਪਹਿਲੀ ਤਾਂ ਚੀਜ਼ ਇਹ ਹੈ ਵੀ ਤੁਸੀਂ ਹਰ ਵਕਤ ਸੋਚਦੇ ਹੋ ਸੋ ਬਈ ਹੁਣ ਫੜਨਗੇ ਸਾਨੂੰ, ਠੀਕ ਹੈ? ਕਿਉਂਕਿ ਇਲੀਗਲ ਹੋ ਨਾ ਤੁਸੀਂ, ਜੇ ਲੀਗਲ ਤਰੀਕੇ ਨਾਲ ਤੁਸੀਂ ਆਓ ਤਾਂ ਫਿਰ ਕੋਈ ਬੰਦਾ ਕੁਛ ਵੀ ਨਹੀਂ ਕਹਿੰਦਾ ਤੁਹਾਨੂੰ। ਐਵੇਂ ਤੁਸੀਂ ਗੱਲ ਬਿਲਕੁਲ ਸਹੀ ਕੀਤੀ ਜੇ, ਅਤੇ ਤੁਸੀਂ ਆਪਣੇ ਨਾਜ਼ਰੀਨ ਵੀ ਇਹ ਦੱਸੋ ਪਲੀਜ਼ ਕਿ ਕੋਈ ਵੀ ਇਹ ਡੰਕੀ ਸ਼ੰਕੀ ਲਾ ਕੇ ਨਾ ਆਵੇ, ਇਹਦੇ 'ਚ ਜਾਨ ਵੀ ਚਲੀ ਜਾਂਦੀ ਹੈ, ਬਲਕਿ ਅਕਸਰ ਜਾਨ ਹੀ ਚਲੀ ਜਾਂਦੀ ਹੈ। ਏਜੰਟ ਹੀ ਮਾਰ ਦਿੰਦੇ ਨੇ ਅਕਸਰ, ਕਿਸ਼ਤੀ ਡੁਬੋ ਦਿੰਦੇ ਨੇ ਕਿ ਅੱਗੇ ਅਸੀਂ ਕੀ ਪਹੁੰਚਾਉਣਾ ਜੇ, ਅਤੇ ਬੈਟਰ ਹੈ ਕਿ ਸਹੀ ਅਤੇ ਸੁੱਚਾ ਤਰੀਕਾ, ਯਾਨੀ ਕਿ ਜਿਹੜਾ ਕੀ ਆਖਦੇ ਨੇ ਭਲਾ ਉਹ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਨਾਂ ਜੇ, ਜਿਹੜਾ ਪ੍ਰੋਗਰਾਮ ਤੁਸੀਂ ਸ਼ੁਰੂ ਕਰਨ ਵਾਲੇ, ਸੱਚ ਬੂਟੀ ਜੇ ਸੱਚ ਬੂਟੀ, ਅਤੇ ਮੈਂ ਇਹਨਾਂ ਕੋਲ ਪੁੱਛਿਆ ਜੇ ਅਤੇ ਇਹਨਾਂ ਨੇ ਸੱਚ ਬੋਲਿਆ ਜੇ ਕਿ 2 ਨੰਬਰ ਤਰੀਕੇ ਨਾਲ ਨਾ ਆਓ। ਬਿਲਕੁਲ ਜੀ, 2 ਨੰਬਰ ਤਰੀਕੇ ਨਾਲ, ਫਿਰ 2 ਨੰਬਰ ਹੈ ਹੀ 2 ਨੰਬਰ ਆਉਂਦਾ ਨਾ, ਠੀਕ ਹੈ? ਅਤੇ ਸਭ ਤੋਂ ਬੜੀ ਜਿਹੜੀ ਚੀਜ਼ ਹੈ ਨਾ, ਜਿਹੜੀ ਮੈਂ ਸੋਚਦਾ ਆਇਆ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਉੱਥੋਂ ਭੇਜ ਦੇਣ, ਬਈ ਜ਼ਮੀਨਾਂ ਵੇਚ ਕੇ, ਜ਼ੇਵਰ ਵੇਚ ਕੇ, ਮਕਾਨ, ਕਾਰ, ਗੱਡੀਆਂ ਵੇਚ ਕੇ, ਅਤੇ ਇਹਨਾਂ ਨੂੰ ਵੇਚ ਦੇਣ, ਬਈ ਇਹਨਾਂ ਦੀ ਜ਼ਿੰਦਗੀ ਸੰਭਰ ਜਾਏ, ਠੀਕ ਹੈ? ਲੇਕਿਨ ਗਲਤ ਤਰੀਕਾ ਪਹਿਲੀ ਚੀਜ਼ ਹੈ, ਫਿਰ ਦੂਜੀ ਚੀਜ਼ ਇਹ ਹੈ ਬਈ ਜਿਸ ਵਿਚਾਰਾ ਆ ਕੇ ਮਰ ਜਾਂਦਾ ਰਸਤੇ ਵਿੱਚ, ਉਹ ਆਪ ਵੀ ਮਰ ਜਾਂਦਾ, ਤੇ ਜਿਹੜੇ ਪਿੱਛੇ ਆਉਂਦੇ ਨੇ ਉਹ ਵੀ ਜ਼ਿੰਦਾ ਰਹਿੰਦੇ ਨੇ, ਮਰੇ ਹੀ ਹੁੰਦੇ ਨੇ। ਇੱਕ ਤੇ ਉਹਨਾਂ ਦੇ ਵਿਚਾਰੇ ਦੌਲਤ ਜਿਹੜੀ ਥੋੜੀ ਬਹੁਤੀ ਸੀਗੀ ਉਹ ਵੀ ਗਈ, ਬੱਚੇ ਦੇ ਵੀ ਹੱਥ ਧੋ ਲਏ, ਠੀਕ ਹੈ ਨਾ ਜੀ? ਬਿਲਕੁਲ।
ਤੇ ਡਾਕਟਰ ਸਾਹਿਬ ਹੋਰ ਇਸ 'ਤੇ ਇਸ ਕਹਾਣੀ ਵਿੱਚ ਕਿਹਾ ਤੁਸੀਂ ਬਾਅਦ 'ਚ ਯੂਕੇ ਦੇ ਕੋਈ ਹੋਰ ਮਸਾਇਲ ਜਿਹੜੇ ਇੱਥੇ ਮਸਾਇਲ ਹੁੰਦੇ ਨੇ ਲੋਕਾਂ ਦੇ ਉਹ ਵੀ ਵਿੱਚ ਐਡ ਕਰ ਰਹੇ ਹੋ? ਬਿਲਕੁਲ ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਬਈ ਇੱਥੇ ਵੀ ਉਹ ਪਾਕਿਸਤਾਨੀ ਜਾਂ ਅਫਗਾਨੀ ਜਾਂ ਮੁਖਤਲਿਫ ਮੁਲਕਾਂ ਨੇ ਇੰਡੀਆ ਨੇ ਇੱਥੇ ਲੋਕ ਏਸ਼ੀਅਨ ਸਾਊਥ ਏਸ਼ੀਅਨ ਲੋਕ ਆਉਂਦੇ ਨੇ, ਠੀਕ ਹੈ, ਤਾਂ ਉਹ ਜਿਹੜੇ ਨਾ ਕੋਈ ਕਹਿੰਦੇ ਨੇ ਤੁਸੀਂ ਭਾਈ ਇਸ ਤਰ੍ਹਾਂ ਮਨਸਿਆਦ ਫਰੋਖਤ ਕਰੋ, ਜਾਂ ਕੋਈ ਕਹਿੰਦੇ ਜੀ ਤੁਸੀਂ ਭਾਈ ਇਸ ਤਰ੍ਹਾਂ ਇਹ ਕੰਮ ਕਰੋ, ਲੇਕਿਨ ਉਹ ਵੀ ਗਲਤ ਹੀ ਹੁੰਦਾ ਹੈ, ਠੀਕ ਹੈ। ਉਹ ਕੀ ਕਹਿੰਦੇ ਨੇ, ਗਲਤ ਕੰਮ ਦਾ ਗਲਤ ਨਤੀਜਾ, ਗਲਤ ਨਤੀਜੇ। ਸਾਲਾ ਸਾਲ ਸਾਰੀ ਉਮਰ ਜੇਲ੍ਹ ਦੇ ਵਿੱਚ ਬੈਠੇ, ਬਿਲਕੁਲ ਚੱਕੀ ਪੀਸਦੇ, ਬਿਲਕੁਲ ਇਹ ਗੱਲ ਹੈ ਜੀ ਜੀ। ਅਤੇ ਡਾਕਟਰ ਸਾਹਿਬ ਹੋਰ ਤੁਸੀਂ ਆਪਣੇ ਕਿਸੇ ਡਰਾਮੇ ਦੇ ਬਾਰੇ ਦੱਸੋ, ਜਿਹੜੇ ਤੁਸੀਂ ਡਰਾਮੇ ਬਣਾਏ ਨੇ ਉਹਨਾਂ 'ਚ, ਜਿਵੇਂ ਤੁਸੀਂ, ਤੁਹਾਡਾ ਕਿਹੜਾ ਇੱਕ ਬੜਾ ਮਸ਼ਹੂਰ ਡਰਾਮਾ ਸੀਗਾ, ਕੀ ਨਾਂ ਸੀ? ਥੋੜ੍ਹੀ ਮੇਰੀ ਮੈਮਰੀ ਖਰਾਬ ਜੀ, ਤੁਸੀਂ ਖੁਦ ਦੱਸੋ ਜ਼ਰਾ ਆਪਣੇ। ਤੁਸੀਂ ਇੰਜ ਕਰੋ ਭਾਈ, ਇਹ ਟੋਪੀ ਜਿਹੜੀ ਥੋੜ੍ਹੀ ਜਿਹੀ ਢਿੱਲੀ ਕਰੋ ਅਤੇ ਫਿਰ ਸ਼ਾਇਦ ਆਵਾਜ਼ ਲੱਗੇ ਥੋੜ੍ਹੀ ਜਿਹੀ, ਅਤੇ ਫਿਰ ਤੁਹਾਨੂੰ ਮੈਮਰੀ ਆ ਜਾਊ। ਹਾਂ, ਨਹੀਂ ਨਹੀਂ ਤੁਹਾਡੇ ਡਰਾਮੇ ਤਾਂ ਮੈਂ ਦੇਖੇ ਨੇ, ਇੱਕ ਤੋਂ ਇੱਕ ਵਧੀਆ ਜੇ, ਠੀਕ ਹੈ ਨਾ ਜੀ? ਮਿਹਰਬਾਨੀ। ਅਤੇ ਖਾਸ ਤੌਰ 'ਤੇ ਤੁਹਾਡੀ ਜਿਹੜੀ ਜੋੜੀ ਜੇ ਸ਼ਹਿਨਾਜ਼ ਖਾਨ ਸਾਹਿਬਾਂ ਨਾਲ ਜੀ ਜੀ, ਉਹ ਤਾਂ ਕਮਾਲ ਦੀ ਜੋ ਨਾਨਾ ਸਕੂਟਰੀ, ਅਤੇ ਨਾਨਾ ਸਕੂਟਰੀ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ, ਥੋੜ੍ਹਾ ਤਫਸੀਲ ਨਾਲ ਕਿ। ਤਫਸੀਲ ਨਾਲ ਦਰਅਸਲ ਉਹ ਜਿਹੜਾ ਬਾਬਾ ਜੀ ਦੀ ਨਕਲ ਮੈਂ ਕਰਦਾ ਆ ਨਾ, ਠੀਕ ਹੈ, ਉਹ ਇਸ ਤਰ੍ਹਾਂ ਸੀ, ਸਾਰੇ ਮੈਨੂੰ ਪੁੱਛਦੇ ਸਨ ਵੀ ਤੁਸੀਂ ਡਾਕਟਰ ਸਾਹਿਬ ਦੱਸੋ ਵੀ ਕਿਹੜੇ ਬੰਦੇ ਦੀ ਤੁਸੀਂ ਨਕਲ ਕੀਤੀ ਹੈ, ਮੈਂ ਨਾ ਦੱਸਾਂ, ਠੀਕ ਹੈ। ਅੱਛਾ, ਇੱਕ ਦਿਨ ਇਸ ਤਰ੍ਹਾਂ ਆਇਆ ਵਾ, ਇੱਕ ਫੋਤਗੀ ਹੋ ਗਈ, ਅਸੀਂ ਜਨਾਜ਼ੇ 'ਤੇ ਗਏ ਹਾਂ, ਅਤੇ ਜਦੋਂ ਉਸ ਭਾਈ ਨੂੰ ਦਫਨ ਕਰਨ ਦੀ ਵਾਰੀ ਆਈ ਅਤੇ ਆ ਗਿਆ ਜੀ ਉਹ ਬਾਬਾ, ਅਸਲੀ ਜਿਹੜਾ ਨਾਨਾ ਸਕੂਟਰੀ ਆ, ਉਹ ਆਇਆ ਅਤੇ ਕਬਰ 'ਤੇ ਖਲੋ ਅਤੇ ਰੋਂਦਾ ਸੀ, ਭੰਬ ਮਰ ਗਿਆ ਮੇਰਾ ਲਾਲਾ, ਭੰਬ ਮਰ ਗਿਆ। ਅਤੇ ਸਾਰੇ ਲੋਕ ਵੇਖਣ, ਉਹਨੂੰ ਵੇਖਣ ਅਤੇ ਫਿਰ ਮੈਨੂੰ ਵੇਖਣ, ਮੈਂ ਮੂੰਹ ਲਪੇਟ ਕੇ ਨਾ ਅਤੇ ਮੈਂ ਤੁਰ ਪਿਆ, ਵੀ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਅੱਛਾ, ਫਿਰ ਵੀ ਬਾਅਦ ਹੀ ਮੇਰੇ ਖਿਆਲ 3-4 ਲੜਕੀਆਂ ਫੋਨ ਕੀਤਾ, ਜੀ ਡਾਕਟਰ ਸਾਹਿਬ ਇਹ ਅਸਲੀ ਨਾਨਾ ਸਕੂਟਰੀ ਸਾਨੂੰ ਮਿਲਿਆ। ਮੈਂ ਕਿਹਾ ਪਤਾ ਨਹੀਂ ਯਾਰ, ਪਤਾ ਨਹੀਂ ਕੀ ਕੌਣ ਆਇਆ ਸੀ, ਮੈਨੂੰ ਤਾਂ ਨਹੀਂ ਪਤਾ, ਅਤੇ ਉੱਥੋਂ ਮੈਂ ਆ ਗਿਆ ਸਾਂ ਜੀ। ਅੱਛਾ, ਅਤੇ ਜਿਹੜਾ ਦੂਸਰਾ ਮੁੱਦਾ ਫਰਾਡੀਆ ਜੀ, ਇਹ ਕੰਸੈਪਟ ਕੀ ਸੀ, ਯਾਨੀ ਕੀ ਸੋਚ ਕੇ ਇਹ ਨਾਮ ਰੱਖਿਆ ਅਤੇ ਇਹ ਪ੍ਰੋਗਰਾਮ, ਅਤੇ ਕੀ ਪ੍ਰੋਗਰਾਮ 'ਚ ਹੈ ਐਕਚੁਲੀ ਕੀ ਹੈ? ਉਹ ਅਸਲੀ ਮੈਂ ਅੱਗੇ ਦੱਸਿਆ ਨਾ ਬਈ ਮੈਂ ਡਰਦਾ ਹੁੰਦਾ ਆਪਣੀ ਬੇਗਮ ਕੋਲੋਂ, ਆਪੀ ਸ਼ਹਿਨਾਜ਼ ਖਾਨ ਜਿਹੜੇ ਹੁੰਦੇ ਨੇ ਉਹ ਮੇਰੇ ਵਾਈਫ ਹੁੰਦੇ ਨੇ ਆਨ ਸੈੱਟ, ਅਤੇ ਉਹਨਾਂ ਕੋਲ ਮੈਂ ਡਰਦਾ ਹੁੰਦਾ ਹਾਂ, ਅਤੇ ਜਿਹੜੇ ਉਹ ਮੈਨੂੰ ਫਰਾਡੀਆ ਹੀ ਸਮਝਦੇ ਨੇ ਹਰ ਵਕਤ, ਜਿਹੜਾ ਵੀ ਕੋਈ ਕੰਮ ਕਰਾਂ ਨਾ ਉਹ ਕਹਿੰਦੇ ਤੂੰ ਫਰਾਡ ਹੀ ਮੇਰੇ ਨਾਲ ਕਰਦਾ ਹੈ। ਅਸਲੀ ਫਰਾਡੀਆ ਹੁੰਦਾ ਸਾਡਾ ਦਿਮਾਗ, ਠੀਕ ਹੈ, ਅਤੇ ਮੈਨੂੰ ਜਿਹੜਾ ਬਹੁਤ ਤੰਗ ਕਰਦੇ ਨੇ ਡਰਾਮਿਆਂ ਵਿੱਚ, ਅਤੇ ਕਦੀ ਤੁਸੀਂ ਵੇਖਿਆ ਸੀ ਮੈਂ ਕਿਚਨ ਹੀ ਸੁੱਤਿਆ ਹੁੰਦਾ ਹਾਂ, ਠੀਕ ਹੈ, ਜਾਂ ਮੈਂ ਕਹਿੰਦਾ ਵਾ ਮੈਨੂੰ ਪੈਸੇ ਦੇ, ਮੈਂ ਹਿਜਾਮ ਦੀ ਦੁਕਾਨ 'ਤੇ ਜਾਣਾ ਆ, ਇਸ ਕਿਸਮ ਦੀਆਂ ਗੱਲਾਂ ਹੁੰਦੀਆਂ, ਤਾਂ ਉਹਦੇ ਵਿੱਚ ਆਪੀ ਸ਼ਨਾਜ਼ ਕਹਿੰਦੇ ਨੇ ਬਈ ਤੂੰ ਜਿਹੜਾ ਹੈ ਨਾ ਤੂੰ ਫਰਾਡੀਆ ਹੈ। ਅੱਛਾ, ਕਨਸੈਪਟ ਇਹ ਜੇ ਹੈ? ਹਾਂ ਬਿਲਕੁਲ ਜੀ। ਅੱਛਾ, ਅਤੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਤੀਸਰਾ ਜੇ ਡਾਕਟਰ, ਕੀ ਪੂਰਾ ਨਾਮ ਡਾਕਟਰ? ਹਾਂ, ਉਹ ਹੈ ਸੀ ਡਾਕਟਰ ਸੁਲਤਾਨ ਕਾ ਕਲੀਨਿਕ। ਅੱਛਾ, ਡਾਕਟਰ ਸੁਲਤਾਨ ਕਾ ਕਲੀਨਿਕ ਜੀ, ਉਸਨੇ ਵਿੱਚ ਵੀ ਮੈਡਮ ਸ਼ਨਾਜ਼ ਖਾਨ ਮੇਰੇ ਵਾਈਫ ਹੁੰਦੇ ਨੇ, ਅਤੇ ਉਹਦੇ ਵੀ ਜਿਹੜਾ ਨਾ ਮੈਡਮ ਸੋਚਦੇ ਨੇ ਬਈ ਇਹ ਡਾਕਟਰ ਜਿਹੜਾ ਆਇਆ ਇਹ ਠੜਕੀ ਡਾਕਟਰ ਹੈ, ਠੜਕੀ ਟਾਇਰ, ਅਤੇ ਕਹਿੰਦੀ ਹੈ ਜਿਹੜੀ ਕੁੜੀ ਆਉਂਦੀ ਹੈ ਨਰਸ, ਅਤੇ ਉਹਦੇ ਨਾਲ ਤੂੰ ਅੱਖ ਮਟੱਕਾ ਕਰਦਾ ਹੈ, ਠੀਕ ਹੈ। ਅਤੇ ਫਿਰ ਉਹਦੇ 'ਚ ਮਿਰਚੂ ਹੁੰਦਾ, ਛੋਟਾ ਨਹੀਂ ਕੋਡੂ ਮਿਰਚੂ, ਉਹ ਹੁੰਦਾ ਮੇਰਾ ਸਾਲਾ, ਉਹਨੂੰ ਜਿਹੜਾ ਨਾ ਹਰ ਦੂਜੇ ਦਿਨ ਜਾਂ ਹਰ ਰੋਜ਼ ਉਹਨੂੰ ਭੇਜਦੇ ਨੀਚੇ, ਤੂੰ ਜਾ ਕਲੀਨਿਕ ਵਿੱਚ ਵੇਖ ਕਰਦਾ ਕੀ ਹੈ ਤੇਰਾ ਭਾਈ। ਉਹ ਫਿਰ ਜਾ ਕੇ ਰਿਪੋਰਟਾਂ ਦਿੰਦਾ ਮੈਡਮ ਸਿਨਾਜ਼ ਨੂੰ, ਤਾਂ ਉਹ ਫਿਰ ਨੀਚੇ ਆ ਜਾਂਦੇ ਨੇ ਮੈਨੂੰ ਰੰਗੇ ਹੱਥ ਪਕੜਨੇ ਵਾਸਤੇ। ਡਾਕਟਰ ਸਾਹਿਬ, ਇੱਦਾਂ ਦਾ ਪ੍ਰੋਗਰਾਮ ਕਰਦੇ ਹੋ ਤੁਹਾਡੀ ਬਦਨਾਮੀ ਨਹੀਂ ਹੁੰਦੀ?
ਫੀਲ ਨਹੀਂ ਹੁੰਦੀ ਕੋਈ ਐਵੇਂ ਤੁਹਾਨੂੰ ਲੋਕਾਂ ਨੂੰ ਯਾਰ ਇਹਦੇ ਡਾਕਟਰ ਕੀ ਜਾਣਾ ਜੇ, ਲੋਕ ਤਾਂ ਪਤਾ ਜੋ ਦੇਖਦੇ ਨੇ ਉਹ ਅਸਲੀ ਸਮਝਦੇ ਨੇ ਡਰਾਮੇ ਦਾ ਜੋ ਵੀ ਹੁੰਦਾ ਜੀ, ਅਤੇ ਤੁਹਾਨੂੰ ਮੁਸ਼ਕਿਲ ਨਹੀਂ ਹੁੰਦੀ ਆਪਣਾ ਜਦੋਂ ਕਲੀਨਿਕ ਚਲਾਉਂਦੇ? ਨਹੀਂ ਬਿਲਕੁਲ ਕੋਈ ਮੁਸ਼ਕਿਲ ਨਹੀਂ ਹੁੰਦੀ, ਉਹਨਾਂ ਸਾਰਿਆਂ ਨੂੰ ਪਤਾ ਬਈ ਮੈਂ ਐਕਟਿੰਗ ਕਰਦਾ, ਠੀਕ ਹੈ, ਲੇਕਿਨ ਸਾਨੂੰ ਸਾਰੇ ਜਿਹੜੇ ਵੀ ਡਰਾਮੇ ਆ ਨਾ, ਔਰ ਜਿਹੜੀ ਅਪਕਮਿੰਗ ਫਿਲਮ ਵੀ ਆਇਆ, ਮੇਰਾ ਇਹ ਇਰਾਦਾ ਹੁੰਦਾ ਜਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਬਈ ਸਬਕ ਅਮੋਜ਼ ਹੋਵੇ, ਬਈ ਕੋਈ ਨਾ ਕੋਈ ਸਬਕ ਆਵਾਮ ਨੂੰ ਅਤੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਕੋਈ ਸਬਕ ਮਿਲੇ। ਅਤੇ ਦੋਸਤੋ, ਮੈਨੂੰ ਅਸਰਾਰ ਅਹਿਮਦ ਨੂੰ ਅਤੇ ਡਾਕਟਰ ਸੁਲਤਾਨ ਮਹਿਮੂਦ ਚੌਧਰੀ ਸਾਹਿਬ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਮਿਲਾਂਗੇ। ਖੁਦਾ ਹਾਫਿਜ਼।